ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਪਹੁੰਚਿਆ ਮੱਧ ਪ੍ਰਦੇਸ਼ ਦੇ ਪੀੜਤ ਸਿੱਖਾਂ ਦੇ ਕੋਲ, ਇੱਥੇ ਜਿਹੜੇ ਸਾਡੇ ਸਿੱਖ ਸਮੁਦਾਇ ਦੇ ਪੰਜਾਬੀ ਲੋਕ ਇੱਥੇ ਵਸੇ ਆ 40-40 ਸਾਲ ਤੋਂ, 50-50 ਸਾਲ ਤੋਂ, 60-60 ਸਾਲ ਤੋਂ, ਉਹਨਾਂ ਦੇ ਨਾਲ ਧੱਕਾ ਹੋਇਆ। ਇਹਨਾਂ ਦੇ ਮਕਾਨ ਤੋੜ ਦਿੱਤੇ ਗਏ ਆ, ਇਹਨਾਂ ਦੀਆਂ ਜੋ ਫਸਲਾਂ ਸੀ ਉਹ ਟਰੈਕਟਰ ਚਲਾ ਦਿੱਤੇ, ਬੁਲਡੋਜ਼ਰ ਚਲਾ ਦਿੱਤੇ ਆ, ਜਿਹੜੇ ਇਹਨਾਂ ਦੇ ਦਾਣੇ ਸੀ ਫਸਲ ਸੀ ਉਹ ਵੀ ਚੁੱਕੇ ਲੈ ਗਏ ਆ। ਆਹ ਭੈਣ ਜੀ ਆ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮਾਤਾ ਜੀ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮੇਰੇ ਵੀਰ ਸੁਰਿੰਦਰ ਸਿੰਘ ਹੈ, ਇਹਨਾਂ ਦਾ ਮਕਾਨ ਤੋੜ ਦਿੱਤਾ ਹੈ। ਜਗਦੀਪ ਸਿੰਘ ਕਾਹਲੋਂ ਦੀ ਅਗਵਾਹੀ ਹੇਠ ਮੱਧ ਪ੍ਰਦੇਸ਼ ਦੇ ਸ਼ਿਵਪੁਰ ਜ਼ਿਲ੍ਹੇ ਦੇ ਕਰਹਲ ਤਹਿਸੀਲ ਵਿੱਚ ਪੈਂਦੇ ਪਿੰਡਾਂ ਵਿੱਚ ਪੀੜਤ ਸਿੱਖ ਪਰਿਵਾਰਾਂ ਕੋਲ ਪਹੁੰਚਿਆ ਤੇ ਉਹਨਾਂ ਤੇ ਹੋਏ ਜ਼ੁਲਮ ਤੇ ਤਸ਼ੱਦਦ ਦੀ ਜਾਣਕਾਰੀ ਹਾਸਲ ਕੀਤੀ। ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਮਗਰੋਂ ਸ਼੍ਰੀ ਕਾਲੋ ਨੇ ਦੱਸਿਆ ਕਿ ਪੀੜਤ ਪਰਿਵਾਰ ਇੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਹਨ ਅਤੇ ਇਹਨਾਂ ਨੇ ਆਪਣੀ ਮਿਹਨਤ ਨਾਲ ਖਰੀਦ ਕੇ ਜ਼ਮੀਨਾਂ ਬਣਾਈਆਂ ਸਨ, ਜਿਨ੍ਹਾਂ ਵਿੱਚੋਂ ਇਹਨਾਂ ਨੂੰ ਖਦੇੜਿਆ ਗਿਆ ਹੈ। ਇਹਨਾਂ ਦੇ ਘਰ ਤੋੜ ਦਿੱਤੇ ਗਏ ਨੇ ਤੇ ਇਹਨਾਂ ਦਾ ਅਨਾਜ ਵੀ ਕਮਲਨਾਥ ਦੇ ਗੁੰਡੇ ਅਨਸਰ ਚੁੱਕ ਕੇ ਲੈ ਗਏ ਨੇ। ਇਸ ਮੌਕੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸਾਨੂੰ ਅੱਤਵਾਦੀ ਆਖਿਆ ਗਿਆ ਤੇ ਧੱਕੇ ਮਾਰ ਕੇ ਸਾਨੂੰ ਘਰਾਂ ਚੋਂ ਕੱਢ ਦਿੱਤਾ ਗਿਆ। ਪੀੜਤ ਪਰਿਵਾਰ ਹੁਣ ਖੁੱਲ੍ਹੇ ਆਸਮਾਨ ਥੱਲੇ ਰਹਿ ਰਹੇ ਹਨ। ਪੀੜਤਾਂ ਨੇ ਦੱਸਿਆ ਕਿ ਸਾਨੂੰ ਬਾਹਰ ਕੱਢਣ ਲਈ ਇੱਥੇ ਨਾਅਰੇਬਾਜ਼ੀ ਕੀਤੀ, ਪਰ ਅਸੀਂ ਡਰਨ ਵਾਲੇ ਨਹੀਂ ਹਾਂ ਤੇ ਕਾਂਗਰਸ ਸਰਕਾਰ ਦੇ ਜ਼ਬਰ ਦਾ ਡਟ ਕੇ ਟਾਕਰਾ ਕਰਾਂਗੇ, ਜਿਸ ਵਿੱਚ ਸਾਰਾ ਸਿੱਖ ਭਾਈਚਾਰਾ ਸਾਡੇ ਨਾਲ ਖਲੋਤਾ ਹੈ। ਪੀੜਤਾਂ ਨੇ ਦੱਸਿਆ ਕਿ ਪੁਲਿਸ ਤੇ ਸਰਕਾਰ ਨੇ ਗੁੰਡਿਆਂ ਵੱਲੋਂ ਸਿੱਖਾਂ ਪ੍ਰਤੀ ਬਹੁਤ ਹੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਹ ਵੀ ਐਲਾਨ ਕੀਤਾ ਗਿਆ ਕਿ ਜੋ ਸਿੱਖਾਂ ਦਾ ਸਾਥ ਦੇਵੇਗਾ ਉਹਨਾਂ ਨੂੰ ਜੁੱਤੀਆਂ ਮਾਰੀਆਂ ਜਾਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਥਾਣੇ ਵਿੱਚ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਜ਼ਲੀਲ ਕੀਤਾ ਗਿਆ। ਸ਼੍ਰੀ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਉਹਨਾਂ ਮੁੱਖ ਮੰਤਰੀ ਕਮਲਨਾਥ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਕਾਨੂੰਨੀ ਤੌਰ ਤੇ ਗਲਤ ਕਾਰਵਾਈ ਨਾ ਕਰਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਤੇ ਅਸੀਂ ਕਮਲਨਾਥ ਕੋਲੋਂ ਭੀਖ ਮੰਗਣ ਨਹੀਂ ਜਾਵਾਂਗੇ। ਕਾਲੋ ਨੇ ਕਿਹਾ ਕਿ ਇਹ ਪਰਿਵਾਰ ਇੱਥੇ 40-40 ਸਾਲ ਤੋਂ ਬੈਠੇ ਹਨ। ਉਹਨਾਂ ਦੱਸਿਆ ਕਿ ਵਫਦ ਵੱਲੋਂ ਪ੍ਰਸ਼ਾਸਨ ਤੇ ਪੁਲਿਸ ਨਾਲ ਵੀ ਮੁਲਾਕਾਤ ਕੀਤੀ ਗਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਘਿਨੌਣਾ ਕੰਮ ਸਰਕਾਰ ਤੇ ਪ੍ਰਸ਼ਾਸਨ ਨੇ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਇੱਥੇ ਆਪਣਾ ਵਫਦ ਭੇਜੇ ਅਤੇ ਸਿੱਖਾਂ ਨੂੰ ਨਿਆਏ ਦਿਲਵਾਏ। ਉਹਨਾਂ ਨਾਲ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਨੂੰ ਹਰ ਪਾਸਿਓਂ ਇਸ ਸਰਕਾਰ ਦੀ ਨਿਖੇਧੀ ਕਰਨੀ ਚਾਹੀਦੀ ਹੈ ਤਾਂ ਜੋ ਕਮਲਨਾਥ ਸਰਕਾਰ ਇਸ ਗੱਲ ਦੀ ਮੁਆਫ਼ੀ ਮੰਗੇ ਤੇ ਪੀੜਤਾਂ ਨੂੰ ਇਨਸਾਫ਼ ਦੇਵੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਲਦ ਮਿਲੇਗੀ ਅਤੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਏਗੀ ਤੇ ਦੱਸਿਆ ਜਾਵੇਗਾ ਕਿ ਕਮਲਨਾਥ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਹੀ ਹੈ, ਸਿਰਫ ਇੱਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਇੱਥੇ ਰਹਿੰਦੇ ਹੋਰ ਲੋਕਾਂ ਨੂੰ ਕੁਝ ਵੀ ਨਹੀਂ ਕਿਹਾ ਗਿਆ। ਉਹਨਾਂ ਨੇ ਇਲਾਕੇ ਦੇ ਤਹਿਸੀਲਦਾਰ ਅਤੇ SDM ਨੂੰ ਅਪੀਲ ਕੀਤੀ ਹੈ ਕਿ ਪੀੜਤ ਸਿੱਖ ਪਰਿਵਾਰਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਹੀ ਕੰਮ ਕੀਤੇ ਜਾਣ। ਵਫਦ ਵਿੱਚ
ਸਰਦਾਰ ਕਾਲੋ ਤੋਂ ਇਲਾਵਾ ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ, ਸਰਬਜੀਤ ਸਿੰਘ ਵਿਰਕ, ਨਿਸ਼ਾਨ ਸਿੰਘ ਮਾਨਵੀ ਵੀ ਮੌਜੂਦ ਸਨ। ਇਹ ਸ਼ਿਵਪੁਰ ਜ਼ਿਲ੍ਹਾ ਮੱਧ ਪ੍ਰਦੇਸ਼ ਦਾ ਕਰਾਲ ਤਹਿਸੀਲ ਹੈ, ਉੱਥੇ ਆਏ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਡੈਲੀਗੇਸ਼ਨ ਆਇਆ। ਮੇਰੇ ਨਾਲ ਮੈਂਬਰ ਸਾਹਿਬ ਹਰਜੀਤ ਸਿੰਘ, ਸਰਬਜੀਤ ਸਿੰਘ ਵਿਰਕ ਅਤੇ ਨਿਸ਼ਾਨ ਸਿੰਘ ਮਾਨ ਹੈ ਜੀ। ਇੱਥੇ ਜਿਹੜੇ ਸਾਡੇ ਸਿੱਖ ਸਮੁਦਾਇ ਦੇ ਪੰਜਾਬੀ ਲੋਕ ਇੱਥੇ ਵਸੇ ਆ 40-40 ਸਾਲ ਤੋਂ, 50-50 ਸਾਲ ਤੋਂ, 60-60 ਸਾਲ ਤੋਂ, ਉਹਨਾਂ ਦੇ ਨਾਲ ਧੱਕਾ ਹੋਇਆ। ਇਹਨਾਂ ਦੇ ਮਕਾਨ ਤੋੜ ਦਿੱਤੇ ਗਏ ਆ, ਇਹਨਾਂ ਦੀਆਂ ਜੋ ਫਸਲਾਂ ਸੀ ਉਹ ਟਰੈਕਟਰ ਚਲਾ ਦਿੱਤੇ, ਬੁਲਡੋਜ਼ਰ ਚਲਾ ਦਿੱਤੇ ਆ। ਜਿਹੜੇ ਇਹਨਾਂ ਦੇ ਦਾਣੇ ਸੀ, ਫਸਲ ਸੀ, ਉਹ ਵੀ ਚੁੱਕ ਕੇ ਲੈ ਗਏ ਆ ਔਰ ਇਹ ਅੱਜ ਮਜਬੂਰ ਹੈ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੂੰ ਸ਼ੈਲਟਰ ਮਿਲਿਆ। ਇਹਨਾਂ ਦੇ ਰਹਿਣ ਦੇ ਉੱਤੇ ਅੱਜ ਛੱਤ ਨਹੀਂ ਹੈਗੀ, ਅੱਜ ਇਹਨਾਂ ਦੇ ਕੋਲ ਕੋਈ ਸੌਣ ਵਾਸਤੇ ਕੋਈ ਕਮਰਾ ਨਹੀਂ ਹੈਗਾ, ਇਹ ਖੁੱਲ੍ਹੇ ਸਮਾਨ ਦੇ ਵਿੱਚ ਬੈਠੇ ਆ। ਆਹ ਛੋਟੀਆਂ ਛੋਟੀਆਂ ਬੱਚੀਆਂ ਸਾਡੀਆਂ, ਆਹ ਭੈਣਾਂ ਸਾਡੀਆਂ ਜਿਹੜੀਆਂ ਅੱਜ ਮਜਬੂਰ ਹੈ, ਆਪਣੇ ਦੁੱਖੜੇ ਜਿਹੜੇ ਸਾਨੂੰ ਇੱਥੇ ਦੱਸ ਰਹੇ ਆ, ਇਹਨਾਂ ਦੇ ਉੱਤੇ ਅੱਜ ਇਹ ਜ਼ੁਲਮ ਹੋਇਆ ਹੈ। ਆਹ ਭੈਣ ਜੀ ਆ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮਾਤਾ ਜੀ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮੇਰੇ ਵੀਰ ਸੁਰਿੰਦਰ ਸਿੰਘ ਹੈ, ਇਹਨਾਂ ਦਾ ਮਕਾਨ ਤੋੜ ਦਿੱਤਾ ਹੈ। ਆਹ ਸਾਡੇ ਮੋਹਨ ਸਿੰਘ ਜੀ, ਇਹਨਾਂ ਦਾ, ਗੁਲਜਾਰ ਸਿੰਘ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਹੋਰ ਇੱਥੇ ਬਹੁਤ ਸਾਰੇ, ਗੁਰਮੀਤ ਸਿੰਘ, ਵੀਰ ਸਿੰਘ, ਹੋਰ ਬਹੁਤ ਸਾਰੇ ਮਕਾਨ ਜਿਹੜੇ ਆ ਉਹ ਤੋੜੇ ਆ ਔਰ ਫਸਲਾਂ ਜਿਹੜੀਆਂ ਉਹ ਖੜੀਆਂ ਫਸਲਾਂ ਜਿਹੜੀਆਂ ਉਹ ਵਾਹ ਦਿੱਤੀਆਂ ਗਈਆਂ, ਟਰੈਕਟਰ ਚਲਾ ਦਿੱਤੇ ਗਏ ਆ। ਇਹ ਇਸ ਦੇ ਬਾਵਜੂਦ ਕਿ ਇਹਨਾਂ ਨੇ ਆਪਣੀਆਂ ਰਜਿਸਟਰੀਆਂ ਜਿਹੜੀਆਂ ਉਹ ਵੀ ਦਿਖਾਈਆਂ, ਇਹਨਾਂ ਦੇ ਕੋਲ ਰਜਿਸਟਰੀਆਂ ਬਕਾਇਦਾ, ਪੱਟੇ ਇਹਨਾਂ ਦੇ ਕੋਲ ਬਕਾਇਦਾ, ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਥਾਣੇ ਦੇ ਵਿੱਚ ਜਾਂਦੇ ਆ ਅਤੇ ਇਹਨਾਂ ਦੇ ਉੱਤੇ ਅਪਸ਼ਬਦ ਬੋਲੇ ਜਾਂਦੇ ਆ। ਜੋ ਇੱਥੇ ਦੇ ਲੋਕਲ ਛੁੱਟ ਭਈਆ ਨੇਤਾ ਹੈ ਜਿਹੜੇ, ਉਹ ਆਪਣੇ ਆਪ ਨੂੰ ਇੱਥੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਜੋ ਭਾਈਚਾਰਾ, ਆਪਸੀ ਭਾਈਚਾਰਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਉਹਨਾਂ ਨੇ ਜੋ ਅੱਗੇ ਲੱਗ ਕੇ ਪ੍ਰਸ਼ਾਸਨ ਤੋਂ ਪਹਿਲਾਂ ਜਾ ਕੇ ਨਿਸ਼ਾਨਦੇਹੀ ਕਰਦੇ ਗਏ, ਮਕਾਨ ਤੋੜ ਦਿੱਤਾ ਜਾਏ, ਚੁਣ ਚੁਣ ਕੇ ਜਿਹੜੇ ਮਕਾਨ ਹੈ ਉਹ ਤੋੜੇ ਜਾ ਰਹੇ ਆ। ਸੋ ਮੈਂ ਸਾਰਿਆਂ ਨੂੰ ਅੱਜ ਮੀਡੀਆ ਦੇ ਰਾਹੀਂ ਅਪੀਲ ਕਰਦਾ ਹੈ, ਜਿੱਥੇ ਇੱਥੋਂ ਦੇ ਪ੍ਰਸ਼ਾਸਨ ਨੂੰ, ਕਿ ਉਹ ਇਸ ਦਾ ਸੰਗਿਆਨ ਲੈ ਕੇ ਜੋ ਇਹਨਾਂ ਨੇ ਗਲਤੀ ਕੀਤੀ ਆ ਉਹਦਾ ਸੁਧਾਰ ਕਰਨ ਤੁਰੰਤ। ਔਰ ਨਾਲ ਹੀ ਮੈਂ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਅਤੇ ਪ੍ਰਧਾਨ ਮੰਤਰੀ ਗੁਰਪਿਆਰੇ, ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਆਖਿਰ ਜੋ ਵੀ ਮੱਧ ਪ੍ਰਦੇਸ਼ ਦੇ ਵਿੱਚ ਵਾਪਰਿਆ ਉਸਦਾ ਇਨਸਾਫ ਸਿੱਖਾਂ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ, ਕਿਉਂਕਿ ਬੇਸ਼ੱਕ ਕੇਂਦਰ ਦੀ ਬੀਜੇਪੀ ਸਰਕਾਰ ਹੋਵੇ ਜਾਂ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ, ਇਹ ਦੋਵੇਂ ਹੀ ਸਰਕਾਰਾਂ ਸਮੇਂ ਸਮੇਂ ਸਿਰ ਆਪਣੇ ਭਗਵੇਂ ਏਜੰਡੇ ਸਾਹਮਣੇ ਲੈ ਕੇ ਆਉਂਦੀਆਂ ਹੀ ਰਹੀਆਂ ਨੇ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਕੀ ਮੱਧ ਪ੍ਰਦੇਸ਼ ਦੇ ਸਿੱਖਾਂ ਨੂੰ ਉਹਨਾਂ ਦਾ ਹੱਕ ਦਿਲਵਾ ਪਾਉਂਦੀ ਹੈ ਜਾਂ ਨਹੀਂ ਦਿਲਵਾ ਪਾਉਂਦੀ, ਜਾਂ 1984 ਦੇ ਕਤਲੇਆਮ ਦਾ ਮੁੱਖ ਦੋਸ਼ੀ ਕਮਲਨਾਥ ਮੱਧ ਪ੍ਰਦੇਸ਼ ਵਿੱਚ ਵਸਦੇ ਹੋਏ ਸਿੱਖਾਂ ਦਾ ਇਸੇ ਤਰ੍ਹਾਂ ਉਜਾੜਾ ਕਰਨ ਵਿੱਚ ਲੱਗਿਆ ਰਹਿੰਦਾ ਹੈ। ਪਰ ਕਮਲਨਾਥ ਤੋਂ ਇੱਕ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ, ਸਿੱਖ ਕੌਮ ਕਦੇ ਵੀ ਕਮਜ਼ੋਰ ਨਹੀਂ ਸੀ, ਨਾ ਹੈ ਤਾਂ ਨਾ ਹੋਵੇਗੀ, ਅਤੇ ਨਾ ਹੀ ਸਿੱਖਾਂ ਦੀ ਕਦੀ ਹਿੰਮਤ ਟੁੱਟਣ ਵਾਲੀ ਹੈ। ਕਾਂਗਰਸ ਸਰਕਾਰ ਦੀਆਂ ਘਟੀਆਂ ਨੀਤੀਆਂ ਅਤੇ ਅਜਿਹੀਆਂ ਘਟੀਆਂ ਹਰਕਤਾਂ ਇਸੇ ਤਰ੍ਹਾਂ ਚੱਲਦੀਆਂ ਰਹੀਆਂ ਤਾਂ ਇਸ ਦੇ ਨਤੀਜੇ ਭੁਗਤਣ ਵਾਸਤੇ ਵੀ ਉਹ ਤਿਆਰ ਰਹਿਣ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਨਿਊਜ਼ ਡੈਸਕ ਰਿਪੋਰਟ, ਗੁਰਬਾਣੀ ਅਖੰਡ ਬਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਇਹ ਸ਼ਿਵਪੁਰ ਜ਼ਿਲ੍ਹਾ ਮੱਧ ਪ੍ਰਦੇਸ਼ ਦਾ ਕਰਾਲ ਤਹਿਸੀਲ ਹੈ, ਉੱਥੇ ਆਏ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਡੈਲੀਗੇਸ਼ਨ ਆਇਆ। ਮੇਰੇ ਨਾਲ ਮੈਂਬਰ ਸਾਹਿਬ ਹਰਜੀਤ ਸਿੰਘ, ਸਰਬਜੀਤ ਸਿੰਘ ਵਿਰਕ ਅਤੇ ਨਿਸ਼ਾਨ ਸਿੰਘ ਮਾਨ ਹੈ ਜੀ। ਇੱਥੇ
ਜਿਹੜੇ ਸਾਡੇ ਸਿੱਖ ਸਮੁਦਾਏ ਦੇ ਪੰਜਾਬੀ ਲੋਕ ਇੱਥੇ ਵਸੇ ਆ 40-40 ਸਾਲ ਤੋਂ, 50-50 ਸਾਲ ਤੋਂ, 60-60 ਸਾਲ ਤੋਂ, ਉਹਨਾਂ ਦੇ ਨਾਲ ਧੱਕਾ ਹੋਇਆ। ਇਹਨਾਂ ਦੇ ਮਕਾਨ ਤੋੜ ਦਿੱਤੇ ਗਏ ਆ, ਇਹਨਾਂ ਦੀਆਂ ਜੋ ਫਸਲਾਂ ਸੀ ਉਹ ਟਰੈਕਟਰ ਚਲਾ ਦਿੱਤੇ, ਬੁਲਡੋਜ਼ਰ ਚਲਾ ਦਿੱਤੇ ਆ, ਜਿਹੜੇ ਇਹਨਾਂ ਦੇ ਦਾਣੇ ਸੀ, ਫਸਲ ਸੀ, ਉਹ ਵੀ ਚੁੱਕੇ ਲੈ ਗਏ ਆ। ਔਰ ਇਹ ਅੱਜ ਮਜਬੂਰ ਹੈ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੂੰ ਸ਼ੈਲਟਰ ਮਿਲਿਆ। ਇਹਨਾਂ ਦੇ ਰਹਿਣ ਦੇ ਉੱਤੇ ਅੱਜ ਛੱਤ ਨਹੀਂ ਹੈਗੀ, ਅੱਜ ਇਹਨਾਂ ਦੇ ਕੋਲ ਕੋਈ ਸੌਣ ਵਾਸਤੇ ਕੋਈ ਕਮਰਾ ਨਹੀਂ ਹੈਗਾ, ਇਹ ਖੁੱਲ੍ਹੇ ਸਮਾਨ ਦੇ ਵਿੱਚ ਬੈਠੇ ਆ। ਆਹ ਛੋਟੀਆਂ ਛੋਟੀਆਂ ਬੱਚੀਆਂ ਸਾਡੀਆਂ, ਆਹ ਭੈਣਾਂ ਸਾਡੀਆਂ ਜਿਹੜੀਆਂ ਅੱਜ ਮਜਬੂਰ ਹੈ, ਆਪਣੇ ਦੁੱਖੜੇ ਜਿਹੜੇ ਸਾਨੂੰ ਇੱਥੇ ਦੱਸ ਰਹੇ ਆ, ਇਹਨਾਂ ਦੇ ਉੱਤੇ ਅੱਜ ਇਹ ਜ਼ੁਲਮ ਹੋਇਆ। ਆਹ ਭੈਣ ਜੀ ਆ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮਾਤਾ ਜੀ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਆਹ ਮੇਰੇ ਵੀਰ ਸੁਰਿੰਦਰ ਸਿੰਘ ਹੈ, ਇਹਨਾਂ ਦਾ ਮਕਾਨ ਤੋੜ ਦਿੱਤਾ ਹੈ। ਆਹ ਸਾਡੇ ਮੋਹਨ ਸਿੰਘ ਜੀ, ਇਹਨਾਂ ਦਾ, ਗੁਲਜਾਰ ਸਿੰਘ, ਇਹਨਾਂ ਦਾ ਮਕਾਨ ਤੋੜ ਦਿੱਤਾ ਗਿਆ। ਹੋਰ ਇੱਥੇ ਬਹੁਤ ਸਾਰੇ, ਗੁਰਮੀਤ ਸਿੰਘ, ਵੀਰ ਸਿੰਘ, ਹੋਰ ਬਹੁਤ ਸਾਰੇ ਮਕਾਨ ਜਿਹੜੇ ਆ ਉਹ ਤੋੜੇ ਆ। ਔਰ ਫਸਲਾਂ ਜਿਹੜੀਆਂ ਉਹ ਖੜੀਆਂ ਫਸਲਾਂ ਜਿਹੜੀਆਂ ਉਹ ਵਾਹ ਦਿੱਤੀਆਂ ਗਈਆਂ, ਟਰੈਕਟਰ ਚਲਾ ਦਿੱਤੇ ਗਏ ਆ। ਇਹ ਇਸ ਦੇ ਬਾਵਜੂਦ ਕਿ ਇਹਨਾਂ ਨੇ ਆਪਣੀਆਂ ਰਜਿਸਟਰੀਆਂ ਜਿਹੜੀਆਂ ਉਹ ਵੀ ਦਿਖਾਈਆਂ, ਇਹਨਾਂ ਦੇ ਕੋਲ ਰਜਿਸਟਰੀਆਂ ਬਕਾਇਦਾ, ਪੱਟੇ ਇਹਨਾਂ ਦੇ ਕੋਲ ਬਕਾਇਦਾ, ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਥਾਣੇ ਦੇ ਵਿੱਚ ਜਾਂਦੇ ਆ ਅਤੇ ਇਹਨਾਂ ਦੇ ਉੱਤੇ ਅਪਸ਼ਬਦ ਬੋਲੇ ਜਾਂਦੇ ਆ। ਜੋ ਇੱਥੇ ਦੇ ਲੋਕਲ ਛੁਟਭਈਆ ਨੇਤਾ ਹੈ ਜਿਹੜੇ, ਉਹ ਆਪਣੇ ਆਪ ਨੂੰ ਇੱਥੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਜੋ ਭਾਈਚਾਰਾ, ਆਪਸੀ ਭਾਈਚਾਰਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਉਹਨਾਂ ਨੇ ਜੋ ਅੱਗੇ ਲੱਗ ਕੇ ਪ੍ਰਸ਼ਾਸਨ ਤੋਂ ਪਹਿਲਾਂ ਜਾ ਕੇ ਨਿਸ਼ਾਨਦੇਹੀ ਕਰਦੇ ਗਏ, ਮਕਾਨ ਤੋੜ ਦਿੱਤਾ ਜਾਏ, ਚੁਣ ਚੁਣ ਕੇ ਜਿਹੜੇ ਮਕਾਨ ਹੈ ਉਹ ਤੋੜੇ ਜਾ ਰਹੇ ਆ। ਸੋ ਮੈਂ ਸਾਰਿਆਂ ਨੂੰ ਅੱਜ ਮੀਡੀਆ ਦੇ ਰਾਹੀਂ ਅਪੀਲ ਕਰਦਾ ਜਿੱਥੇ ਇੱਥੋਂ ਦੇ ਪ੍ਰਸ਼ਾਸਨ ਨੂੰ ਕਿ ਉਹ ਇਸ ਦਾ ਸੰਗਿਆਨ ਲੈ ਕੇ ਜੋ ਇਹਨਾਂ ਨੇ ਗਲਤੀ ਕੀਤੀ ਆ ਉਹਦਾ ਸੁਧਾਰ ਕਰਨ ਤੁਰੰਤ। ਔਰ ਨਾਲ ਹੀ ਮੈਂ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਅਤੇ ਪ੍ਰਧਾਨ ਮੰਤਰੀ ਸਰਦਾਰੋ ਕੋ ਬਾਹਰ ਨਿਕਾਲੋ ਬਾਹਰ ਨਿਕਾਲੋ।